ਔਰ ਬਾਦਲ ਨੂੰ ਇਹ ਲੱਗਦਾ ਜੀਜੇ ਸਾਲਾ ਪ੍ਰਾਈਵੇਟ ਲਿਮਿਟਡ ਕੰਪਨੀ ਤੋਂ ਸੰਭਲਣਾ ਨਹੀਂ, ਹੁਣ ਸਿੱਧੂ ਮੈਂ ਅੱਗੇ ਆਵਾਂ, ਸਿੱਧੂ ਮੈਂ ਅੱਗੇ ਆਵਾਂ। ਏਵਨ ਪੰਜਾਬੀ ਅਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ, ਮੈਂ ਤੁਹਾਡਾ ਦੋਸਤ ਓਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਖਰੀਆਂ 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 ਦੇ ਵਿੱਚ ਗੱਲ ਕਰਾਂਗੇ ਦੋਸਤੋ ਨਵਜੋਤ ਸਿੰਘ ਸਿੱਧੂ ਦੇ ਗੁੱਸੇ ਦੀ। ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਰੱਜ ਕੇ ਝਾੜਿਆ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਸਾਲਾ ਬਿਕਰਮ ਮਜੀਠੀਆ, ਇਹਨਾਂ ਦੋਨਾਂ ਨੇ ਮਤਲਬ ਪਾਰਟੀ ਨੂੰ ਕਿਸ ਕਦਰ ਅੰਦਰੋਂ ਖੋਖਲਾ ਕੀਤਾ ਹੈ, ਇਹ ਇਲਜ਼ਾਮ ਲਾਏ ਨੇ ਨਵਜੋਤ ਸਿੰਘ ਸਿੱਧੂ ਨੇ। ਉਹਨਾਂ ਨੇ ਰਤਨ ਸਿੰਘ ਅਜਨਾਲਾ ਜੀ ਨੂੰ ਕਿਹਾ ਕਿ ਅਸਲ ਵਿੱਚ ਜੋ ਪਾਰਟੀ ਦੇ ਮਤਲਬ ਸਿਰਕਟ ਆਗੂ ਨੇ ਉਹਨਾਂ ਨੂੰ ਇਹਨਾਂ ਲੋਕਾਂ ਨੇ ਕਿਸ ਕਦਰ ਪਿੱਛੇ ਛੱਡਿਆ। ਔਰ ਰਤਨ ਸਿੰਘ ਅਜਨਾਲਾ ਜੀ ਨੇ 4 ਵਾਰ ਇਲੈਕਸ਼ਨਾਂ ਜਿੱਤੀਆਂ ਨੇ ਔਰ ਉਹਨਾਂ ਤੋਂ ਬਾਅਦ ਉਹ ਮਤਲਬ ਅੱਜ ਵੀ ਪਾਰਟੀ ਦੇ ਵਿੱਚ ਕਿੰਨੇ ਰਿਸਪੈਕਟਡ ਨੇ, ਕਿੰਨਾ ਉਹਨਾਂ ਦਾ ਸਨਮਾਨ ਕੀਤਾ ਜਾਂਦਾ, ਬੇਸ਼ੱਕ ਉਹ ਬ੍ਰਹਮਪੁਰਾ ਜੀ ਹੋਣ ਚਾਹੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਹੋਣ, ਲੇਕਿਨ ਇਹਨਾਂ ਦੋਨਾਂ ਨੇ ਮਿਲ ਕੇ ਪਾਰਟੀ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ। ਸੁਖਬੀਰ ਬਾਦਲ ਦੇ ਵਰਦਿਆਂ ਔਰ ਬਿਕਰਮਜੀਤ ਸਿੰਘ ਮਜੀਠੀਆ ਦੇ ਵਰਦਿਆਂ ਨਵਜੋਤ ਸਿੰਘ ਸਿੱਧੂ ਦਾ ਸੁਣੋ ਪੂਰਾ ਬਿਆਨ। ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਕੋਈ ਸਿੱਟ ਨਹੀਂ ਬਿਠਾਈ ਗਈ, ਕਿ ਨਵਜੋਤ ਸਿੰਘ ਸਿੱਧੂ ਦੇ ਘਰੇ ਸੱਤਾ ਪਿੰਡੀ ਇਹ ਜੱਫੀ ਪਾ ਕੇ ਸੌਂਦੇ ਨਹੀਂ, ਹੈਂ ਨਵਜੋਤ ਸਿੰਘ ਸਿੱਧੂ ਦੀਆਂ ਲਾਲ ਬੱਤੀਆਂ ਵਾਲੀਆਂ ਕਾਰਾਂ ਦੇ ਵਿੱਚ ਚਿੱਟਾ ਨਹੀਂ ਵਿਖਿਆ। ਨਵਜੋਤ ਸਿੰਘ ਸਿੱਧੂ ਨੇ ਕੌਮ ਦੀ ਇੱਕ ਪੀੜ੍ਹੀ ਤਬਾਹ ਨਹੀਂ ਕੀਤੀ, ਤੂੰ ਟੁੱਟੀ ਹਰੀ ਸੜੀ ਹੋਈ ਕੁਆਲਸ ਦੇ ਵਿੱਚ ਆ ਕੇ ਖੜਖੜ ਕਰਦੀ ਦੇ ਵਿੱਚ ਮੈਨੂੰ ਖਾਣਾ ਖਵਾਉਂਦਾ, ਅੱਜ ਮੈਨੂੰ ਸਵਾਲ ਕਰੇਗਾ ਵੀ ਤੇਰੀ ਔਕਾਤ ਤਾਂ ਦੇਖ ਸਾਲਿਆ ਸੁਖਬੀਰ ਦੇ ਆ, ਹੈਂ ਹੈਂ ਤੇਰੀ ਔਕਾਤ ਤਾਂ ਦੇਖ, ਹੈਂ ਹੈਂ ਅਤੇ ਇਹ 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 ਨਵਜੋਤ ਜਿੰਨਾ ਕੁ ਬੋਲੂਗਾ ਇਹਦੀ ਔਕਾਤ ਤਾਂ ਅਗਰ ਕਿਸੇ ਦੀ ਹੈ ਅਕਾਲੀ ਦਲ ਦੇ ਵਿੱਚ ਡਾਕਟਰ ਰਤਨ ਸਿੰਘ ਅਜਨਾਲੇ ਦੀ ਔਕਾਤ ਉਹਦੀ ਹੁੰਦੀ ਹੈ ਜਿਹੜਾ ਇਲੈਕਸ਼ਨ ਜਿੱਤਦਾ, ਜਿਹਨੂੰ ਲੋਕ ਪਿਆਰ ਕਰਦੇ ਆ। 4 ਇਲੈਕਸ਼ਨ ਵਿਧਾਨ ਸਭਾ, 2 ਇਲੈਕਸ਼ਨ ਲੋਕ ਸਭਾ, ਅਤੇ ਬਾਦਲ ਕਹਿੰਦਾ ਘਰੇ ਬਹਿ ਜਾ। ਇੱਕ ਧ੍ਰਿਤਰਾਸ਼ਟਰ ਉਹ ਸੀ ਜਿਹਦੀਆਂ ਅੱਖਾਂ ਨਹੀਂ ਸੀ, ਇੱਕ ਇਹ ਧ੍ਰਿਤਰਾਸ਼ਟਰ ਜਿਹਨੂੰ ਪੁੱਤਰ ਮੋਹ ਨੇ ਮਾਰ ਛੱਡਿਆ। ਅੱਜ ਸੁਖਬੀਰ ਜੀ ਆਏ ਆ ਅਤੇ 8 ਦਿਨ ਕਿੱਥੇ ਸੀਗਾ ਆਲੂ ਬੁਖਾਰਾ, ਹੈਂ ਕਿੱਥੇ ਸੀ ਇਹ? ਇਹਨੂੰ ਜਦੋਂ ਇਹਨੂੰ ਸ਼ਰਮ ਨਹੀਂ ਬੋਲਣ ਦੀ, ਇਹ ਮੇਰੇ ਬਾਰੇ ਅਪਸ਼ਬਦ ਬੋਲਦਾ ਹੈ, ਹੈਂ ਅਤੇ ਜਵਾਬ ਉਹੋ ਜਿਹਾ ਹੀ ਦਊਂਗਾ ਨਾ। ਮੈਂ 2 ਦਿਨ ਚੁੱਪ ਕਰਿਆ ਰਿਹਾ, ਮੈਂ 2 ਦਿਨ ਇਹਨਾਂ ਨੂੰ ਕਹਿੰਦਾ ਰਿਹਾ ਕਿ ਲਾਸ਼ਾਂ ਦੇ ਉੱਤੇ ਰਾਜਨੀਤੀ ਨਾ ਕਰੋ। ਗਵਾਹ ਲਿਆਂਦਾ, ਉਹ ਗਵਾਹ ਦੇਖ ਲਓ ਕੀ ਹੈ, ਮੁੜ ਕੇ ਦਿਖਿਆ ਉਹ ਜਿਹਨੇ ਕੰਪਲੇਂਟ ਲਿਖਾਈ। ਅੱਜ ਬਾਹਰੋਂ ਮਜੀਠਿਓਂ ਲਿਆ ਬੰਦੇ ਹਾਕਾਂ ਮਾਰਦੇ ਜਾ ਕੇ, ਉਹ ਤੁਹਾਨੂੰ ਮੇਰੇ ਕਾਉਂਸਲਰਾਂ ਦਾ ਨਾਂ ਲੈ ਕੇ, ਉਹ ਤੁਹਾਨੂੰ ਉਹਨੇ ਬੁਲਾਇਆ, ਅਮਰ ਨੇ ਬੁਲਾਇਆ, ਤੁਹਾਨੂੰ ਫਲਾਣੇ ਨੇ ਬੁਲਾਇਆ, ਇਹੋ ਜਿਹੇ ਲੋਕ ਇਹ ਕਿੱਥੋਂ ਜੰਪੇ? ਅੱਛਾ ਬਿਲਕੁਲ ਖਤਮ ਹੋਏ ਹੋਏ ਨੇ, ਮਰਿਆ ਹੋਇਆ ਨੂੰ ਕੌਣ ਮਾਰੂਗਾ? ਲੋਕਾਂ ਨੇ ਮਾਰ ਛੱਡੇ, ਹੈਂ ਫੈਸਲਾ ਲੋਕਾਂ 'ਤੇ ਛੱਡੀਏ ਨਾ, ਤੁਸੀਂ ਕੌਣ ਹੁੰਦੇ ਹੋ? ਇਹਨਾਂ ਨੂੰ ਕਿਸੇ ਨੂੰ ਲੋਕਾਂ ਦੀ ਫਿਕਰ ਸੀ? ਮਾਈਕ ਫੜ ਲਿਆ ਉਦੋਂ, ਮਾਈਕ ਫੜ ਕੇ ਇਹਨੂੰ ਲੋਕਾਂ ਦੀ ਫਿਕਰ ਨਹੀਂ, ਸਿੱਧੂ ਦੀ ਫਿਕਰ ਸੀ। ਇਹ ਸਿੱਧੂ ਤੋਂ ਇੰਨੇ ਖੌਫ ਜ਼ਿਆਦਾ ਨੇ ਸਰਕਾਰ 'ਤੇ ਨਹੀਂ, ਤੁਹਾਡੇ 'ਤੇ ਹੀ ਇਹ ਮਤਲਬ ਇੰਨੇ ਖੌਫ ਜ਼ਿਆਦਾ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ, ਇੰਨਾ ਡਰ ਸਤਾਉਂਦਾ। ਔਰ ਬਾਦਲ ਨੂੰ ਹੁਣ ਇਹ ਲੱਗਦਾ ਜੀਜੇ ਸਾਲਾ ਪ੍ਰਾਈਵੇਟ ਲਿਮਿਟਡ ਕੰਪਨੀ ਤੋਂ ਸੰਭਲਣਾ ਨਹੀਂ, ਹੁਣ ਸਿੱਧੂ ਮੈਂ ਅੱਗੇ ਆਵਾਂ, ਤੂੰ ਖੁੱਡ 'ਚੋਂ ਨਿਕਲਿਆ ਹੁਣ ਬਜ਼ੁਰਗਾ ਮੀਸਣਾ ਮਚਲਾ, ਪਾਰਟੀ ਟੁੱਟ ਗਈ, ਪਾਰਟੀ ਟੁੱਟ ਗਈ, ਅਕਾਲੀ ਦਲ ਮਤਲਬ ਅਕਾਲੀ ਦਲ ਖਤਮ ਹੋ ਰਿਹਾ, ਅਕਾਲੀ ਦਲ ਹੋ ਰਿਹਾ, ਔਰ ਜੀਜਾ ਸਾਲਾ ਪ੍ਰਾਈਵੇਟ ਲਿਮਿਟਡ ਕੰਪਨੀ ਇਕੱਲਾ ਦੁਕੱਲਾ ਰਹਿ ਗਈ ਹੈ। ਸਮਝਦੇ ਮੇਰੀ ਗੱਲ? ਅਕਾਲੀ ਦਲ ਪਵਿੱਤਰ ਜਮਾਤ ਸੀ, ਇਹਨਾਂ ਜਦਾਇਦ ਬਣਾਇਆ, ਪਾਵੇ ਨਾਲ ਬੰਨ ਲਿਆ, ਬਲੀਦਾਨ ਦੇ ਉੱਤੇ ਟਿਕੀ ਹੋਈ ਸੀ, ਬਾਬੇ ਨਾਨਕ ਦੀ ਧਾਰਨਾ ਨੂੰ ਤੇਰਾ 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 ਇਹਨਾਂ ਨੇ ਮੇਰਾ 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 ਢਾਬੇ ਤੱਕ ਨਹੀਂ ਛੱਡੇ ਇਹਨਾਂ ਲੋਕਾਂ ਨੇ, ਹੈਂ ਇਹਨਾਂ ਨੇ ਬੋਲੀ ਲਾਈ ਪੰਜਾਬ ਦੀ, ਇਹਨਾਂ ਵੇਚਿਆ ਪੰਜਾਬ, ਇਹਨਾਂ ਲੁੱਟਿਆ ਸਰਕਾਰੀ ਖਜ਼ਾਨਾ, ਸਿੱਧੂ ਨੇ ਇਬਾਦਤ ਕੀਤੀ ਪੰਜਾਬ ਦੀ। ਅਤੇ ਜੇ ਤੁਸੀਂ ਸੋਚਦੇ ਹੋ ਵੀ ਸਿੱਧੂ ਇੰਚ ਪਿੱਛੇ ਹਟੂਗਾ, ਅਤੇ 15 ਸਾਲ ਨਹੀਂ ਸਿੱਧੂ ਇੰਚ ਪਿੱਛੇ ਹਟਿਆ, ਅਤੇ ਹੁਣ ਕਿੱਥੋਂ ਹਟਾ ਲਉਂਗੇ ਓਏ? ਹੁਣ ਤਾਂ ਤੁਸੀਂ ਗਰਕ ਹੋਏ ਹੋਏ ਹੋ, ਹੈ ਕੀ ਇਹ ਜਲਾਲਾਬਾਦ ਦਾ MLA? ਕੰਮ ਕੀ ਨੇ ਇਹਨਾਂ ਦੇ? ਦੁਖੀ ਆਦਮੀ, 2 ਨੰਬਰ ਕੰਮ ਨੇ, ਹਰ ਚੀਜ਼ ਦੇ ਵਿੱਚ ਧੰਦਾ ਹੈ। ਬਿਲਕੁਲ ਜੀ ਬਿਲਕੁਲ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੁਛ ਦੇਰ ਮੈਂ ਚੁੱਪ ਰਿਹਾ, ਬਥੇਰਾ ਕਿਹਾ ਕਿ ਲਾਸ਼ਾਂ ਦੇ ਉੱਪਰ ਰਾਜਨੀਤੀ ਨਾ ਕਰੋ, ਪਰ ਇਹ ਲੋਕ ਰੁਕੇ ਨਹੀਂ। ਔਰ ਜਿਹੜੇ ਜਿਹੜੇ ਅਗਵਾ ਨੂੰ ਲੈ ਕੇ ਗਵਾਹੀ ਲੈ ਕੇ ਆਏ ਨੇ, ਉਹ ਗਵਾਹੀ ਦੇਣ ਤੋਂ ਹੀ ਮੁੱਕਰ ਗਏ ਨੇ। ਹੁਣ ਦੱਸੋ ਇਹਨਾਂ ਦੇ ਮਤਲਬ ਇਹਨਾਂ ਨੂੰ ਕਿਸ ਕਦਰ ਲੋਕਾਂ ਦਾ ਸਾਹਮਣਾ ਕਰਨਾ ਪੈ ਸਕਦਾ। For new updates, please subscribe A1 News and click the bell icon.